ਕੋਈ ਨਹੀਂ, ਨਾਨਕ ਹਕੀਮ ਸਾਹਿਬ ਇਲਾਜ ਇੱਦਾਂ ਹੀ ਹੁੰਦੇ ਨੇ। ਡਾਕਟਰਾਂ ਦੇ ਇਹ ਭੁੱਲੇ ਨੇ, ਇਹ ਭੁੱਲੇ ਸਨ, ਇਹ ਹਕੀਮ ਬਣ ਗਏ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੋਂ ਡਾਕਟਰ ਵੀ ਬੈਠੇ ਨੇ। ਖਾਨ ਹੋਵੇ ਜੇਲ੍ਹ 'ਚ ਅਤੇ ਅਸੀਂ ਭੱਜੀਏ ਤਾਂ ਫਿਰ ਕਿੰਨੀ ਸ਼ਰਮ ਵਾਲੀ ਗੱਲ ਆ। ਬਿਲਕੁਲ। ਔਰ ਮੇਰੀ ਬੇਟੀ ਜਿਹੜੀ ਆ ਇਨਸ਼ਰਾ, ਇਹ ਹਲਕੇ ਦੇ 'ਚ ਨਿਕਲੇ ਨੇ ਅਤੇ ਲੋਕਾਂ ਨੇ ਬੜੀ ਪਜ਼ੀਰਾਈ ਦਿੱਤੀ, ਲੋਕਾਂ ਨੇ ਬੜਾ ਉਹਨਾਂ ਨੂੰ ਪਿਆਰ ਦਿੱਤਾ। ਜਿੰਨੇ ਜਿੰਨੇ ਵੋਟ ਲਏ ਆ, ਹੁਣ ਜਿਹੜੇ ਬੰਦੇ ਜਿੱਤੇ ਨੇ ਲੱਖਾਂ ਦੀ ਤਾਦਾਦ ਦੇ ਵੋਟਾਂ ਨਾਲ ਜਿੱਤੇ। ਬਿਲਕੁਲ। ਅਤੇ ਫਿਰ ਲੱਖਾਂ ਖੱਲੇ ਪੈਣੇ ਆ, ਤਾਂ ਫਿਰ ਕਿੰਨੇ ਖਾਣੇ ਆ। ਅਸਲਾਮ ਅਲੈਕੁਮ ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਆਪਣਾ ਯਾਰ ਬੇਲੀ ਸੱਜਣ ਮੁਅੱਜ਼ਮ ਜੱਟ। ਸੱਜਣੋ ਅੱਜ ਅਸੀਂ ਪਹੁੰਚੇ ਹਾਂ, ਤੁਹਾਨੂੰ ਪਤਾ ਕਿ ਇਲੈਕਸ਼ਨ 2024 ਦੇ ਬੜੇ ਤਗੜੇ ਮੁਕਾਬਲੇ ਸੀ ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿਹੜਾ ਉਮੀਦਵਾਰ ਜਿੱਤ ਰਿਹਾ ਅਤੇ ਕਿਹੜਾ ਉਮੀਦਵਾਰ ਹਾਰ ਰਿਹਾ। ਅਤੇ ਜਨਾਬ NA 100 ਦੇ ਵਿੱਚੋਂ ਤਗੜਾ, ਬੜਾ ਤਗੜਾ ਮੁਕਾਬਲਾ ਸੀ ਅਤੇ ਰਾਣਾ ਸਨਾਉਲਤ ਮੁਕਾਬਲਾ ਡਾਕਟਰ ਨਸਾਰ ਜੱਟ। ਅਤੇ ਜਨਾਬ ਤਗੜਾ ਮੁਕਾਬਲਾ, ਤੁਸੀਂ ਵੇਖ ਲਿਆ ਕੀ ਮੁਕਾਬਲਾ ਸੀ। ਉਹਦੇ ਵਿੱਚੋਂ ਡਾਕਟਰ ਨਸਾਰ ਜੱਟ ਨੇ ਰਾਣਾ ਸਨਾਉਲਾ ਨੂੰ ਢੇਰ ਕਰ ਦਿੱਤਾ। ਔਰ ਤੁਸੀਂ ਵੇਖਿਆ ਕਿ ਰਾਣਾ ਸਨਾਉਲਾ ਹਰ ਜਲਸੇ ਜਲੂਸ ਵਿੱਚ ਕਹਿੰਦਾ ਸੀ ਕਿ ਫੈਸਲਾਬਾਦ ਦੇ ਵਿੱਚੋਂ ਅਸੀਂ ਕਲੀਨ ਸਵੀਪ ਕਰ ਦਿਆਂਗੇ, ਫੈਸਲਾਬਾਦ 'ਚ ਕੋਈ ਬੰਦਾ ਨਹੀਂ ਛੱਡਾਂਗੇ ਅਸੀਂ। ਔਰ ਬੜਾ ਉਹਨਾਂ 'ਚ ਗਰੂਰ ਹੁੰਦਾ ਸੀ, ਬੜਾ ਘਮੰਡ ਰੱਖਦੇ ਸੀ ਆਪਣੇ ਆਪ ਵਿੱਚ। ਲੇਕਿਨ ਨਸਾਰ, ਡਾਕਟਰ ਨਸਾਰ ਜੱਟ ਜਿਨ੍ਹਾਂ ਨੇ ਆਪਣੇ ਛੁਪੇ ਰੁਸਤਮ ਬਣ ਕੇ, ਤੁਸੀਂ ਵੇਖਿਆ ਕਿ ਨਾ ਤਹਿਰੀਕੇ ਇਨਸਾਫ ਨੂੰ ਇਲੈਕਸ਼ਨ ਕੰਪੇਨ ਕਰਨ ਦਿੱਤੀ, ਨਾ ਉਹਨਾਂ ਨੂੰ ਕੋਈ ਜਲਸਾ ਜਲੂਸ ਕਰਨ ਦਿੱਤਾ, ਔਰ ਫਿਰ ਵੀ ਆਵਾਮ ਦੇ ਦਿਲਾਂ ਦੇ ਵਿੱਚ ਇਮਰਾਨ ਖਾਨ ਵਾਸਤੇ ਮੁਹੱਬਤ ਹੈ ਸੀ, ਔਰ ਉਹਨਾਂ ਨੇ ਖਾਨ ਸਾਹਿਬ ਨੂੰ ਆਪਣੇ ਨਜ਼ਰੀਆ ਰੱਖ ਕੇ ਵੋਟ ਪਾਇਆ। ਅਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਨਸਾਰ ਜੱਟ, ਅਤੇ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਕੀ ਕਹਿੰਦੇ ਉਹਦੇ ਬਾਰੇ। ਅਸਲਾਮ ਅਲੈਕੁਮ ਸਰ, ਅਤੇ ਸਰ ਸਾਡੇ ਵੱਲੋਂ ਤੁਹਾਨੂੰ ਢੇਰ ਸਾਰੀ ਮੁਬਾਰਕ ਹੋਵੇ ਕਿ ਸਰ ਤੁਸੀਂ ਬੜੇ ਚੰਗੇ ਮਾਰਜਨ ਤੋਂ ਜਿਹੜੇ ਜਿੱਤੇ ਜੇ, ਔਰ ਆਵਾਮ ਦੇ ਦਿਲਾਂ ਦੇ ਵਿੱਚ ਜਨਾਬ ਇਮਰਾਨ ਖਾਨ ਦਾ ਵੋਟ ਔਰ ਤੁਹਾਡਾ ਵੋਟ, ਕਿਉਂਕਿ ਤੁਸੀਂ ਇੱਥੇ ਇਲਾਕੇ ਦੇ ਵਿੱਚ, ਸਰ ਤੁਸੀਂ ਕੀ ਕਹਿੰਦੇ ਆਪਣੀ ਖੁਸ਼ੀ ਦੇ ਬਾਰੇ, ਤੁਸੀਂ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਨਹੀਂ ਨਹੀਂ, ਮੈਂ ਸਾਰੇ ਭਰਾਵਾਂ ਨੂੰ ਬੜਾ ਮਸ਼ਹੂਰ ਹਾਂ ਉਹਨਾਂ ਦਾ, ਕਿ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਇਸ ਹਲਕੇ ਦੇ ਵਿੱਚ ਜਦੋਂ ਮੇਰੇ 'ਤੇ ਪਾਬੰਦੀਆਂ ਆਇਦ ਹੋਈਆਂ। ਬਿਲਕੁਲ। ਅਤੇ ਮੇਰੇ ਤੋਂ ਬਾਅਦ ਜਿਹੜਾ ਵਾ ਚੌਧਰੀ ਸਾਹਿਬ ਦੀ ਬੇਟੀ ਜਿਹੜੀ ਕਿ ਮੇਰੀ ਬੀਵੀ ਆ ਜੀ ਜੀ, ਔਰ ਮੇਰੀ ਬੇਟੀ ਜਿਹੜੀ ਆ ਇਨਸ਼ਰਾ, ਇਹ ਹਲਕੇ ਦੇ 'ਚ ਨਿਕਲੇ ਨੇ ਅਤੇ ਲੋਕਾਂ ਨੇ ਬੜੀ ਪਜ਼ੀਰਾਈ ਦਿੱਤੀ, ਲੋਕਾਂ ਨੇ ਬੜਾ ਉਹਨਾਂ ਨੂੰ ਪਿਆਰ ਦਿੱਤਾ, ਔਰ ਉਹਨਾਂ ਨੂੰ ਬੜਾ ਹੌਸਲਾ ਦਿੱਤਾ, ਔਰ ਖਾਨ ਸਾਹਿਬ ਦੇ ਵਿਜ਼ਨ ਦੇ ਨਾਲ ਨਾਲ ਮੇਰੀ ਫੈਮਿਲੀ ਦੇ ਦੀ ਹੌਸਲਾ ਅਫਜ਼ਾਈ ਹੋਈ, ਔਰ ਅਲਹਮਦੁਲਿਲਾ ਮੇਰੇ ਹਲਕਾ ਦੀ ਆਵਾਮ ਨੇ ਮੈਨੂੰ ਬੜਾ ਬੜ ਚੜ੍ਹ ਕੇ ਵੋਟ ਦੇ ਕੇ ਕਾਮਯਾਬ ਕੀਤਾ ਵਾ। ਬਿਲਕੁਲ। ਮੈਂ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਜੀ ਜੀ ਜੀ। ਅੱਛਾ ਸਰ, ਦੂਜਾ ਇਹ ਕਿਹਾ ਜਾਂਦਾ ਕਿ ਜਿਹੜੇ ਤਹਿਰੀਕੇ ਇਨਸਾਫ ਦੇ ਆਜ਼ਾਦ ਉਮੀਦਵਾਰ ਜਿਹੜੇ ਹੁਣ ਜਿੱਤੇ ਨੇ, ਮੁਖਤਲਿਫ ਪਾਰਟੀਆਂ ਦੇ ਵਿੱਚ ਜਾਣਗੇ, ਜੀ ਮੈਸੇਜ ਵੀ ਚੱਲ ਰਿਹਾ, ਕੋਈ ਫੇਕ ਮੈਸੇਜ ਚੱਲ ਰਿਹਾ ਵਾ, ਕੋਈ ਠੀਕ ਚੱਲ ਰਿਹਾ ਵਾ, ਤੇ ਸਰ ਤੁਸੀਂ, ਤੁਹਾਡੇ ਬਾਰੇ ਕੀ ਸਰ ਕੋਈ ਮੈਸੇਜ ਕਿ ਤੁਸੀਂ ਇਮਰਾਨ ਖਾਨ ਦੇ ਨਾਲ ਜੁੜੇ ਹੋਏ ਜੇ, ਇਮਰਾਨ ਖਾਨ ਦੇ ਨਾਲ ਰਹੋਗੇ ਜਾਂ ਕਿਤੇ ਕੋਈ ਤੁਹਾਨੂੰ ਆਫਰ ਉਫਰ ਆਏਗੀ ਤੁਸੀਂ ਕਿਤੇ ਨਿਕਲੋਗੇ? ਸਰ ਯਾਰ, ਮੈਂ ਜਦੋਂ ਜੇ ਆਪਣਾ ਭੱਜਿਆ ਨੱਸਿਆ ਸਾਂ ਤੇ ਲੋਕਾਂ ਨੇ ਸਾਡੇ ਤੇ ਇਤਮਾਦ ਕੀਤਾ, ਸਾਨੂੰ ਵੋਟ ਦਿੱਤਾ ਜੀ ਜੀ। ਖਾਨ ਹੋਵੇ ਜੇਲ੍ਹ 'ਚ ਤੇ ਅਸੀਂ ਭੱਜੀਏ ਤੇ ਫਿਰ ਕਿੰਨੀ ਸ਼ਰਮ ਵਾਲੀ ਗੱਲ ਆ। ਬਿਲਕੁਲ। ਲਿਹਾਜ਼ਾ ਮੈਂ ਸਮਝਦਾ ਕਿ ਔਖੇ ਵੇਲੇ ਨਾਲ ਖਲੋਣ ਵਾਲੇ ਜਿਹੜੇ ਨਾ ਉਹ ਤਰੀਖ ਰਕਮ ਕਰਦੇ ਨੇ। ਬਿਲਕੁਲ। ਤੇ ਅਸੀਂ ਇਸ ਤਰੀਖ ਦੇ ਵਿੱਚ ਖਾਨ ਦੇ ਨਾਲ ਹਾਂ ਜੀ ਜੀ, ਤੇ ਇਨਸ਼ਾਅੱਲਾ ਤਾਲਾ ਖਾਨ ਸਾਹਿਬ ਦੇ ਔਖੇ ਸੌਖੇ ਵੇਲੇ ਦੇ ਸਾਥੀ ਹਾਂ। ਅੱਲਾ ਦੇ ਫਜ਼ਲ ਓ ਕਰਮ ਨਾਲ ਇਨਸ਼ਾਅੱਲਾ ਅਸੀਂ ਪਾਰਲੀਮੈਂਟ ਦੇ ਵਿੱਚ ਖਾਨ ਦੇ ਝੰਡੇ ਬੁਲੰਦ ਕਰਾਂਗੇ ਇਨਸ਼ਾਅੱਲਾ। ਸਰ, ਤੁਹਾਡੀ ਹਕੂਮਤ ਬਣੇਗੀ ਜਾਂ ਨਹੀਂ ਬਣੇਗੀ? ਜੀ, ਇਹ ਤਾਂ ਬਾਅਦ 'ਚ ਪਤਾ ਲੱਗੂਗਾ, ਹਾਲੇ ਤਾਂ ਕਈ ਫੈਸਲੇ ਹੋਣੇ ਨੇ, ਅਤੇ ਨੰਬਰ ਆਫ ਕਾਊਂਟ ਪੂਰਾ ਕਰਾਂਗੇ, ਫਿਰ ਉਸ ਤੋਂ ਬਾਅਦ ਵੇਖਾਂਗੇ ਕਿ ਅਲਾਇੰਸ ਕਰਨਾ ਨਹੀਂ ਕਰਨਾ, ਕਿਹਦੇ ਨਾਲ ਕਰਨਾ, ਕਿਹਦੇ ਨਾਲ ਸਾਡਾ ਜ਼ਹਿਨ ਰਲਦਾ ਨਹੀਂ ਰਲਦਾ। ਬਿਲਕੁਲ। ਅਸੀਂ ਆਪਣੇ ਵੀ ਫਿਰ ਮੁਫਾਦਾਤ ਵੇਖਣੇ ਆ ਨਾ, ਕਿ ਜੇ ਭੜ ਕੇ ਸਾਨੂੰ ਝੰਡੀ ਕਰਾ ਦੇ ਉਹਦਾ ਕੀ ਫਾਇਦਾ। ਅਗਰ ਸਰ ਜਿਹੜੇ ਤੁਹਾਡੇ ਹੁਣ ਜਿਹੜੇ ਨੁਮਾਇੰਦੇ ਮੁੰਤਖਬ ਹੋਏ ਆ, ਉਹਨਾਂ ਦੇ ਵਿੱਚੋਂ ਅਗਰ ਕੋਈ ਬੰਦਾ ਕਿਸੇ ਹੋਰ ਪਾਰਟੀ ਦੇ ਵਿੱਚ ਵੜ ਜਾਂਦਾ, ਨੂਨ ਲੀਗ ਜਾਂ ਪੀਪਲ ਪਾਰਟੀ ਦੇ ਵਿੱਚ ਵੜ ਜਾਂਦਾ, ਫਿਰ ਤੁਹਾਡਾ ਕੀ ਰਿਐਕਸ਼ਨ ਹੋਏਗਾ ਉਹਨਾਂ ਦੇ ਵਾਸਤੇ? ਮੇਰਾ ਕੋਈ ਨਹੀਂ, ਜਿੰਨੇ ਜਿੰਨੇ ਵੋਟ ਲਏ ਆ, ਹੁਣ ਜਿਹੜੇ ਬੰਦੇ ਜਿੱਤੇ ਨੇ ਲੱਖਾਂ ਦੀ ਤਾਦਾਦ ਦੇ ਵੋਟਾਂ ਨਾਲ ਜਿੱਤੇ। ਬਿਲਕੁਲ। ਤੇ ਫਿਰ ਲੱਖਾਂ ਖੱਲੇ ਪੈਣੇ ਆ, ਤੇ ਫਿਰ ਕਿੰਨੇ ਖਾਣੇ ਆ? ਬਿਲਕੁਲ, ਇਹ ਗੱਲ ਤੇ ਹੈ। ਅੱਛਾ ਸਰ, ਦੂਜੀ ਗੱਲ ਇਹ ਦੱਸੋ ਕਿ ਰਾਣਾ ਸਨਾਉਲਾ ਬੜੀਆਂ ਗੱਲਾਂ ਕਰਦਾ ਸੀ, ਬੜੇ ਜਲਸੇ ਜਲੂਸਾਂ ਦੇ ਵਿੱਚ ਉਹਨਾਂ ਨੇ ਵੱਡੀਆਂ ਵੱਡੇ ਜਲਸੇ ਰੱਖਦੇ ਹੁੰਦੇ ਸੀਗੇ, ਔਰ ਤੁਹਾਨੂੰ ਬਿਲਕੁਲ ਵੀ ਕੰਪੇਨ ਕਰਨ ਦਿੱਤੀ ਸੀ, ਉਹਦੇ ਵਾਸਤੇ ਰਾਣਾ ਸਨਾਉਲਾ ਵਾਸਤੇ ਕੀ ਮੈਸੇਜ? ਕੋਈ ਨਹੀਂ, ਨਾਨਕ ਹਕੀਮ ਸਾਹਿਬ ਇਲਾਜ ਇੱਦਾਂ ਹੀ ਹੁੰਦੇ ਨੇ। ਡਾਕਟਰਾਂ ਦੇ ਇਹ ਭੁੱਲੇ ਨੇ, ਇਹ ਭੁੱਲੇ ਸਨ, ਇਹ ਹਕੀਮ ਬਣ ਗਏ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੋਂ ਡਾਕਟਰ ਵੀ ਬੈਠੇ ਨੇ। ਸਾਰੇ ਤੁਹਾਡੀ ਵੀਡੀਓ ਵੀ ਵਾਇਰਲ ਹੋਈ ਸੀਗੀ, ਉਹ ਪੁਰਾਣੀ ਸੀ, ਹੋਣ ਗਈ ਆ, ਉਹ ਚੱਲ ਹੋਣ ਗਈ ਆ, ਤੇ ਉਦੋਂ ਪੁਰਾਣੀ ਗੱਲ ਸੀ, ਤੇ ਉਦੋਂ ਮੈਂ ਗੁੱਸੇ 'ਚ ਗੱਲ ਕਰਤੀ ਸੀ, ਉਹ ਹੁਣ ਲੋਕਾਂ ਨੇ ਚੁੱਕ ਕੇ ਚਲਾਤੀ ਹੈ, ਤੇ ਵਾਹਵਾ ਹੀ ਵਾਇਰਲ ਹੋ ਗਈ ਆ ਜੀ ਜੀ, ਤੇ ਮੈਨੂੰ ਤਾਂ ਉਹਦਾ ਹੁਣ ਹੀ ਪਤਾ ਲੱਗਾ, ਤੇ ਬਾਕੀ ਕੋਈ ਨਹੀਂ, ਅੱਲਾ ਖੈਰ ਰੱਖੇ ਸਰ। ਉਸ ਤੋਂ ਬਾਅਦ ਨੂਨ ਲੀਗ ਫੈਸਲਾਬਾਦ ਦੇ ਵਿੱਚ ਗੁੰਮਸੁੰਮ ਹੋ ਗਈ, ਕਿ ਫੈਸਲਾਬਾਦ ਦੇ ਵਿੱਚ ਨੂਨ ਲੀਗ ਹੈ ਹੀ ਨਹੀਂ, ਕੀ ਨੂਨ ਲੀਗ ਵਾਲਿਆਂ ਨੂੰ ਕੀ ਹੋ ਗਿਆ? MP MNA ਬੜੇ? ਨਹੀਂ ਜੀ ਨਹੀਂ, ਇੱਥੇ ਅਸਲ ਦੇ ਵਿੱਚ ਇਹਨਾਂ ਨੇ ਲਾਈ ਸੀ ਨਾ ਮੰਡੀ ਲਾਈ ਸੀ ਪੈਸਿਆਂ ਦੀ ਜੀ ਜੀ, ਤੇ ਨਾਮ ਨਿਹਾਦ ਲੋਕਾਂ ਨੇ ਚੁੱਕ ਕੇ ਪੁਰਾਣੀਆਂ ਰਵਾਇਤ
कि जी उसको क्रूजर लै ला तो उसको पैसे लै ला। ये दो नंबर जो सारे बंदे इकट्ठे हुए सर नवाज शरीफ का नाम बेचण, हकीकी माना दे अगर सनावला दे थां ते यही आबद शेर अली दे प्यो नूं दित्ती हुंदी, चौधरी शेर अली नूं ते खरे नूं ली दी कोई शकल सूरत बच जांदी। ते एफ जे बंदियां नूं जदों देणी आ ते उहदा नज़ला ते पार्टी दे डिगणा ही आ ना। बिल्कुल, जिहड़ा बंदा दी सोच ही दहशतगर्दाना होवे और तकबराना होवे ते फिर फलौनीयत वाला रवैया होवे ते फिर उहदे नतीजे वी एफ जे निकलदे। जी जी सर, बहुत शुक्रिया तुहाडा। हैलो जनाब, तुसीं गल सुनी कि जनाब फैसलाबाद दे विच तहरीक इंसाफ ने बिल्कुल क्लीन स्वीप कीता और नून लीग फैसलाबाद दे विच तकरीबन खत्म हो चुकी है।